ਮਿੱਤਰੋ ਕੀ ਹਾਲ ਚਾਲ ਨੇ। ਆਈ ਹੋਪ ਸਾਰੇ ਠੀਕ ਠਾਕ ਹੋਵੋਗੇ। ਅੱਜ ਆਪਾਂ ਗੱਲ ਕਰਾਂਗੇ ਜਿਹੜੀ ਸੈਫ ਦੀ ਸਟੇਟਮੈਂਟ ਆਈ ਆ, ਜਿਹੜੇ ਬੰਦੇ ਇੱਥੇ ਅਨਲੀਗਲ ਨੇ, ਜਿਹੜੇ ਬੰਦਿਆਂ ਦਾ ਪ੍ਰੋਸੈਸ ਚੱਲਦਾ ਉਹਨਾਂ ਦੇ ਵਾਸਤੇ ਜਿਹੜੀ ਨਿਊ ਸਟੇਟਮੈਂਟ ਆਈ ਆ ਸੈਫ ਦੀ, ਉਹਦੇ ਬਾਰੇ ਗੱਲ ਕਰਾਂਗੇ ਆਪਾਂ। ਚਲੋ ਤਾਂ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ। ਹਾਂਜੀ, ਉਹ ਜਿਹੜੀ ਸੈਫ ਦੀ ਸਟੇਟਮੈਂਟ ਆਈ ਆ ਉਹਦੇ ਉੱਤੇ ਮੈਂ ਵੀਡੀਓ ਦੇਖਦਾ ਸੀਗਾ, ਆਪਣੇ ਕਈ ਇੱਥੇ ਵੀਰਾਂ ਨੇ ਬਣਾਈਆਂ ਹੋਈਆਂ ਨੇ ਪੁਰਤਗਾਲ ਦੇ ਵਿੱਚ, ਅਤੇ ਅਫਵਾਹ ਵੀ ਉਹਦੀ ਕਾਫੀ ਫੈਲੀ ਹੋਈ ਆ ਵੀ ਸਾਰੇ ਜਿਹੜੇ ਬੰਦੇ ਲੀਗਲ ਸੀ, ਅਨਲੀਗਲ ਸੀਗੇ, ਉਹ ਸਾਰੇ ਇਹਨਾਂ ਨੇ ਲੀਗਲ ਕਰਤੇ, ਸਾਰੇ PR ਕਰਤੇ। ਜਿਹੜੇ ਮੇਰੇ ਵੀਰਾਂ ਦੇ ਅਪਾਇੰਟਮੈਂਟ ਸੀਗੀ ਆਹ ਦਿਨਾਂ ਦੇ ਵਿੱਚ ਜੂਨ ਤੱਕ, ਉਹ ਬੰਦਿਆਂ ਨੂੰ ਫਿੰਗਰ ਕਰਾਉਣ ਦੀ ਵੀ ਲੋੜ ਨਹੀਂ ਹੈਗੀ, ਉਹਨਾਂ ਦੀਆਂ ਰੈਜੀਡੈਂਸੀਆਂ ਪੱਕੀਆਂ ਹੋ ਗਈਆਂ, ਉਹਨਾਂ ਨੂੰ ਰੈਜੀਡੈਂਸੀਆਂ ਮਿਲਣਗੀਆਂ ਹੀ ਮਿਲਣਗੀਆਂ, ਇੱਦਾਂ ਦੀਆਂ ਕੁਛ ਅਫਵਾਹਾਂ ਇੱਥੇ ਆ ਰਹੀਆਂ ਨੇ ਪੁਰਤਗਾਲ ਦੇ ਵਿੱਚ। ਆਪਣੇ ਕੁਛ ਮੇਰੇ ਵੀਰ ਜਿਹੜੇ ਵੀਡੀਓ ਵੀ ਬਣਾਉਂਦੇ ਨੇ ਜਾਂ ਉੱਦਾਂ ਮੈਸੇਜ ਲਿਖ ਲਿਖ ਕੇ ਵੀ ਮੈਂ ਦੇਖੇ, ਲਿਖ ਲਿਖ ਪਾਏ ਹੋਏ ਕਈਆਂ ਦੇ, ਹੈ ਨਾ ਮੈਸੇਜ, ਉਹ ਨਾ ਜਾਂ ਤਾਂ ਮੇਰੇ ਹਿਸਾਬ ਨਾਲ ਮੇਰੇ ਵੀਰਾਂ ਕੋਲ ਪੂਰੀ ਨੌਲੇਜ ਨਹੀਂ ਹੈਗੀ ਜਾਂ ਉਹਨਾਂ ਨੂੰ ਪੂਰੀ ਲੈਂਗੁਏਜ ਸਮਝ ਨਹੀਂ ਆ ਰਹੀ ਹੈਗੀ ਆਪਣੇ ਜਿਹੜੀ ਸਟੇਟਮੈਂਟ ਆ ਉਹਨਾਂ ਦੀ ਸੈਫ ਵਾਲਿਆਂ ਦੀ ਦਿੱਤੀ ਹੋਈ, ਜਾਂ ਤਾਂ ਉਹਦੀ ਪੂਰੀ ਚੰਗੀ ਤਰ੍ਹਾਂ ਸਮਝ ਨਹੀਂ ਆਈ ਹੈਗੀ, ਅਤੇ ਜਾਂ ਫਿਰ ਉਹ ਕੋਈ ਵੀਡੀਓ ਹੈ ਨਾ ਵਿਊ ਦੇ ਚੱਕਰਾਂ ਦੇ ਵਿੱਚ ਬਣਾ ਕੇ ਇਹੋ ਜਿਹੀ ਵੀ ਜ਼ਿਆਦਾ ਲੋਕ ਇਹੋ ਜਿਹੀ ਵੀ ਵੀਡੀਓਜ਼ ਨੂੰ ਦੇਖਦੇ ਨੇ ਤਾਂ ਕਰਕੇ ਇਹੋ ਜਿਹੀਆਂ ਵੀਡੀਓ ਪਾ ਦਿੰਦੇ ਨੇ। ਚਲੋ ਤਾਂ ਆਪਾਂ ਗੱਲ ਕਰਦੇ ਹਾਂ, ਮੈਂ ਸ਼ੈਫ ਦੀ ਜਿਹੜੀ ਸਟੇਟਮੈਂਟ ਆ ਉਹ ਨਾ ਕਾਪੀ ਕੀਤੀ ਆ, ਕੱਟ ਕੀਤੀ ਆ, ਕੱਟ ਕਰਕੇ ਮੈਂ ਇਹਦੇ ਵਿੱਚ ਵੀਡੀਓ ਦੇ ਵਿੱਚ ਇੱਥੇ ਸੈਫ ਦੀ ਵੀਡੀਓ ਉਹ ਲਾ ਰਿਹਾ ਵਾ, ਜਿਹੜੀ ਸਟੇਟਮੈਂਟ ਆ ਨਾਲ ਦੀ ਨਾਲ ਮੈਂ ਐਕਸਪਲੇਨ ਕਰੂੰਗਾ ਉਹਦਾ ਕੀ ਮੈਟਰ ਆ, ਹੈ ਨਾ। ਹਾਂਜੀ, ਤਾਂ ਆਪਾਂ ਗੱਲ ਕਰੀਏ ਸ਼ੈਫ ਵਾਈ ਲੀਗਲੀ ਯਾਰ ਤੂ ਦੁਜ ਸਤਰੰਜੇਰੂ ਇਮ ਸਿਤਾਸਾਉ ਰੈਗੂਲਰ ਇਮ ਪੁਰਤਗਾਲ। ਉਹ ਕਹਿੰਦੇ ਸ਼ੈਫ ਸਾਰਿਆਂ ਨੂੰ ਲੀਗਲ ਕਰ ਰਿਹਾ ਵਾ, ਜਿਹੜੀ ਪੁਰਤਗਾਲ ਦੇ ਵਿੱਚ ਸਿਚੁਏਸ਼ਨ ਚੱਲ ਰਹੀ ਆ ਉਹਦੇ ਉਹਦੇ ਕਰਕੇ, ਜਿਹੜੀ ਸਤਾਦੀਓ ਦੇ ਐਮਰਜੈਂਸੀ ਆ, ਜਿਹੜੀ ਐਮਰਜੈਂਸੀ ਲਾਈ ਹੋਈ ਆ ਉਹਦੇ ਥਰੂ ਉਹ ਸਾਰੇ ਜਿਹੜੇ ਜਿਨ੍ਹਾਂ ਕੋਲ ਪੇਪਰ ਹੈਗੇ ਆ ਜਾਂ ਜਿਨ੍ਹਾਂ ਦੇ ਲੌਕ ਕੀਤੇ ਹੋਏ ਆ ਜਾਂ ਜਿਨ੍ਹਾਂ ਕੋਲ ਕੁਛ ਵੀ ਨਹੀਂ ਹੈਗਾ ਉਹ ਸਾਰਿਆਂ ਨੂੰ ਲੀਗਲ ਕਰ ਰਿਹਾ ਵਾ, ਠੀਕ ਆ ਨਾ, ਜਿਹੜੇ ਸ਼ੈਫ ਵਾਲੇ ਨੇ। ਉਹਦੇ ਵਿੱਚ ਇਹ ਚੀਜ਼ ਨੂੰ ਆਪਾਂ ਧਿਆਨ ਨਾਲ ਸਮਝ ਲਈਏ, ਮੈਂ ਅੱਗੇ ਅੱਗੇ ਦੱਸ ਰਿਹਾ ਵਾ, ਇਹ ਜਿਹੜੀ ਸੈਫ ਦੀ ਸਾਈਟ ਦੇ ਉੱਤੇ ਜਿਹੜਾ ਉਹਨਾਂ ਦਾ ਮੈਸੇਜ ਆ, ਹੈ ਨਾ, ਉਹਦੇ ਤੋਂ ਮੈਂ ਦੱਸ ਰਿਹਾ ਵਾ ਤੁਹਾਨੂੰ ਵੀ, ਹੈ ਨਾ, ਕੀ ਉਹਨਾਂ ਦਾ ਆਰਡਰ ਆਇਆ ਵਾ ਸੈਫ ਵਾਲਿਆਂ ਦਾ। ਉਹ ਕਹਿੰਦੇ ਵੀ ਮੇਜ ਮੁਸੀ ਇਨਕੌਂਤਰੇ ਇਮ ਸਿਤਾਸੋਨ ਦੇ ਪਰਮਾਨੈਂਸੀ ਰੈਗੂਲਰ ਇਮ ਤਰਤਾਰੀਓ ਨੈਸ਼ਨਲ। ਉਹ ਕਹਿੰਦੇ ਵੀ ਉਹਨਾਂ ਕੋਲ ਸੇਮ ਰਾਈਟ ਹੋਣਗੇ ਜਿਹੜੇ ਆਪਣੇ ਜਿਹੜੇ ਪੁਰਤਗੇਸੀਆਂ ਕੋਲ ਆ ਜਾਂ ਜਿਨ੍ਹਾਂ ਕੋਲ ਪੁਰਤਗੇਸ਼ ਨੈਸ਼ਨੈਲਿਟੀ ਆ ਜਾਂ ਪਰਮਾਨੈਂਸੀਆਂ ਨੇ, ਉਹਨਾਂ ਕੋਲ ਸੇਮ ਰਾਈਟ ਹੋਣਗੇ, ਠੀਕ ਆ, ਸੇਮ ਉਹਨਾਂ ਨੂੰ ਉਹੀ ਮੈਡੀਕਲ ਟ੍ਰੀਟਮੈਂਟ ਮਿਲੂਗਾ, ਸਾਰਾ ਕੁਛ ਉਹੀ ਹੋਊਗਾ, ਠੀਕ ਆ ਨਾ। ਸੈਫ ਨੂੰ ਵੀ ਤੂੰ ਦੇਖੋ ਵੀ ਦਿਸ ਨੋਪ, ਜਿਹੜਾ ਆਪਣੇ ਇਹ ਧਿਆਨ ਨਾਲ ਸੁਣ ਲਿਓ, ਰਾਈਟ ਉਹਨਾਂ ਕੋਲ ਨੇ ਜਿਹੜੇ ਕਰੋਨਾ ਵਾਇਰਸ ਤੋਂ ਅਫੈਕਟਡ ਨੇ, ਠੀਕ ਆ, ਇਹ ਨਹੀਂ ਹੈਗਾ ਵੀ ਦੂਜੇ ਬੰਦੇ ਜਿਹੜੇ ਜਿੱਦਾਂ ਮੈਂ ਵੀਡੀਓ ਦੇਖੀਆਂ ਸੀਗੀਆਂ, ਵੀਰ ਕਹਿੰਦਾ ਸੀ ਕੰਮ ਨਹੀਂ ਕਰਦੇ ਤਾਂ ਉਹਨਾਂ ਨੂੰ ਸੁਗਰਾਂ ਸਾਲ ਪੈਸੇ ਦਊਗਾ, ਉਹ ਬਿਲਕੁਲ ਨਹੀਂ ਹੋਣਾ ਵੀਰ। ਜਿਹੜੇ ਬੰਦੇ ਅਫੈਕਟਡ ਨੇ ਆ ਨਾ ਉਹਨਾਂ ਨੇ ਇੱਥੇ ਸਾਫ਼ ਕਿਹਾ ਹੋਇਆ ਵਾ, ਆਹ ਦੇਖੋ ਤੁਸੀਂ ਆ ਰਿਹਾ ਵਾ, ਹੈ ਨਾ, ਸੁਗੁਰਾਰ ਦੇ ਆਸ ਉਸ ਦਾ ਸਿਧ ਦੋਈ ਜ਼ਮੀਨ ਗ੍ਰਾਂਤ ਦੇ ਸੂਦ ਈ ਸੁਗੁਰਾਂ ਸਾਲ ਈ ਸਨਬਲੀ ਦਾਦ ਨੂੰ ਪ੍ਰੇਗੁਨ ਐਬੀਤਾ ਸਾਉਂ। ਉਹ ਕਹਿੰਦੇ ਵੀ ਜੇ ਤੁਸੀਂ ਕਰੋਨਾ ਵਾਇਰਸ ਨਾਲ ਅਫੈਕਟਡ ਹੋ ਜਾਂਦੇ ਹੋ ਤਾਂ ਤੁਹਾਨੂੰ ਸੁਗਰਾਂ ਸਾਲ ਦੀ ਮਦਦ ਮਿਲਦੀ ਆ, ਅਤੇ ਸਊਦ ਇਹ ਜਿਹੜਾ ਮੈਡੀਕਲ ਤੁਹਾਡਾ ਜਿਹੜਾ ਪ੍ਰੋਸੈਸ ਹੋਊਗਾ ਉਹਦੀ ਮਦਦ ਮਿਲੂਗੀ ਸਾਰੀ, ਠੀਕ ਆ ਨਾ। ਇਹ ਨਹੀਂ ਹੈਗਾ ਵੀ ਤੁਸੀਂ ਕੰਮ ਨਹੀਂ ਕਰਦੇ ਜਾਂ ਤੁਸੀਂ ਫਰਜ਼ ਕਰ ਲਓ ਵੀ ਉੱਦਾਂ ਹੀ ਘਰ ਬੈਠ ਕੇ ਤਾਂ ਤੁਹਾਨੂੰ ਸੁਗਰਾਂ ਸਾਲ ਵਾਲੇ ਪੈਸੇ ਦੇਣਗੇ, ਠੀਕ ਆ, ਅਤੇ ਤੁਹਾਡੇ ਕੋਲ ਪ੍ਰੋਪਰ ਜੇ ਤੁਸੀਂ ਪੱਕੇ ਹੋ ਕੰਮ ਤਾਂ ਉਹਦੇ ਲਈ ਵੱਖਰੇ ਨੇ, ਉਹਦੇ ਮੇਰੀ ਵੱਖਰੀ ਵੀਡੀਓ ਬਣਾਈ ਹੋਈ ਆ, ਠੀਕ ਆ। ਜੇ ਤੁਸੀਂ ਅਫੈਕਟਡ ਹੋ ਜਾਂਦੇ ਹੋ ਤਾਂ ਤੁਹਾਨੂੰ ਉਹ ਮਿਲਣਗੇ ਆਪਣੇ ਜਿਹੜੇ ਸਾਰੇ ਟ੍ਰੀਟਮੈਂਟ ਆ ਜਿਹੜਾ ਮੈਡੀਕਲ ਦਾ ਸਾਰਾ, ਉਹ ਅਤੇ ਸੁਗਰਾਂ ਸਾਲ ਤੁਹਾਨੂੰ ਪੈਸੇ ਵੀ ਦਊਗਾ, ਉਹਦੀ ਆਪਣੇ 100% ਆਪਣੇ ਮਿਲੂਗੀ ਤੁਹਾਨੂੰ ਸੈਲਰੀ, ਹੈ ਨਾ, ਜਿਹੜੇ ਬੰਦੇ ਕੰਮ ਕਰਦੇ ਆ। ਜਿਹੜੇ ਬੰਦੇ ਨਹੀਂ ਕੰਮ ਕਰਦੇ ਉਹਨਾਂ ਨੂੰ ਸੁਗਰਾਂ ਸਾਲ ਨੇ ਕੁਛ ਨਹੀਂ ਦੇਣਾ, ਉਹਨਾਂ ਦਾ ਹਾਂ ਮੈਡੀਕਲ ਹੋਊਗਾ। ਆ ਜਿੱਦਾਂ ਜਿਹੜੀਆਂ ਆਪਣੀਆਂ ਧਾਰਾਂ ਲੱਗਦੀਆਂ ਹੁੰਦੀਆਂ ਨੇ 38, 79 ਅਤੇ 90 ਜਿਹੜੀਆਂ ਆਪਣੀਆਂ ਲੱਗਦੀਆਂ ਨੇ ਉਹ ਪਰਮਾਨੈਂਸੀ ਅਤੇ ਐਂਟਰੀ ਵਾਸਤੇ ਉਹ ਜੋ ਵੀ ਆ, ਹੈ ਨਾ, ਉਹਨਾਂ ਨੇ ਉਹ ਸਾਰੀਆਂ ਉਹ ਕੀਤੀਆਂ ਹੋਈਆਂ ਨੇ ਅਤੇ ਆਪਣੇ ਉਹ ਕਰਨਗੇ। ਇਹ ਨਹੀਂ ਹੈਗਾ ਵੀ ਮਤਲਬ ਹੈ ਨਾ ਜਿੱਦਾਂ ਤੁਸੀਂ ਇੱਥੇ ਕੰਮ ਨਹੀਂ ਕਰਦੇ ਸੀਗੇ
ਤਾਂ ਤੁਹਾਡੇ ਕੋਲ ਕੋਈ ਰਾਈਟ ਨਹੀਂ ਹੈਗਾ ਹਾਲੇ, ਜਿਵੇਂ ਮੰਨ ਲਓ ਤੁਹਾਡਾ ਕਨੈਕਟ ਨਹੀਂ ਲੱਗਿਆ, ਤੁਸੀਂ ਹਲੇ ਐਂਟਰੀ ਹੋਏ ਹੋ ਨਵੇਂ, ਨਹੀਂ ਤੁਸੀਂ ਵੀ ਇੱਕ ਤਰ੍ਹਾਂ ਦੇ ਲੀਗਲ ਹੋ, ਲੀਗਲ ਹੋ ਬਟ ਤੁਹਾਡੇ ਕੋਲ ਰਾਈਟ ਨੇ ਮੈਡੀਕਲ ਦੇ, ਠੀਕ ਆ, ਤੁਸੀਂ ਮੈਡੀਕਲ ਦਵਾਈ ਲੈ ਸਕਦੇ ਹੋ, ਜਾ ਕੇ ਹੋਸਪਿਟਲ ਦੇ ਵਿੱਚ ਦਾਖਲ ਹੋ ਸਕਦੇ ਹੋ, ਠੀਕ ਆ ਨਾ, ਜਿੱਦਾਂ ਕੱਚਿਆਂ ਬੰਦਿਆਂ ਨੂੰ ਪਹਿਲਾਂ ਨਹੀਂ ਮਿਲਦਾ ਸੀ। ਅਤੇ ਇੱਕ ਗੱਲ ਵਾ ਹੋਰ ਸੁਣਿਓ ਧਿਆਨ ਨਾਲ, ਪਰਮਾਨੈਂਸੀ ਦੇ ਸੇਦਾ ਦੋਵੇਂ ਸਿਸਤਨੇ ਜੇਰੂ ਇਮ ਤਰਤਾਰੀਓ ਨੈਸ਼ਨਲ ਉੱਕੇ ਸਪੈਰੀਆਂ ਦਪੋਜ ਦੇ 24 February ਸੋ ਵੈਲੀ ਦਾ ਅਤੇ 30 June ਆ ਜਿਹੜੀਆਂ ਇਹਨਾਂ ਨੇ ਇਹ ਲਾ ਕੀਤੇ ਆ 24 February ਤੋਂ ਲੈ ਕੇ 30 June ਤੱਕ, ਅਤੇ 30 June ਤੱਕ ਤੁਸੀਂ ਪੱਕੇ ਹੋ, ਠੀਕ ਆ ਨਾ, 30 June ਤੱਕ ਔਡਰ ਨੇ ਵੀ, ਚਾਹੇ ਕੋਈ ਕੱਚਾ ਬੰਦਾ ਚਾਹੇ ਕਿਸੇ ਦੇ ਪੇਪਰ ਲੋਕ ਹੋਏ ਹੋਏ ਨੇ, ਉਹਨਾਂ ਕੋਲ ਸਾਰੇ ਰਾਈਟ ਨੇ। ਜਿਹੜੀ ਐਮਰਜੈਂਸੀ ਲੱਗੀ ਹੋਈ ਆ ਪੁਰਤਗਾਲ ਦੇ ਵਿੱਚ ਉਹ ਸਿਰਫ 24 ਤੋਂ ਲੈ ਕੇ 30 June ਤੱਕ ਹੀ ਆ, ਇਹ ਨਾ ਸਮਝ ਲਿਓ ਤੁਸੀਂ ਪਰਮਾਨੈਂਟ ਹੀ ਹੋ ਗਏ, ਠੀਕ ਆ ਨਾ। ਜਿੱਦਾਂ ਮੇਰੇ ਵੀਰਾਂ ਦੀਆਂ ਵੀਡੀਓ ਮੈਂ ਦੇਖੀਆਂ ਸੀਗੀਆਂ, ਜਿਹੜਾ ਰੌਲਾ ਪਿਆ ਹੋਇਆ ਇੱਥੇ ਪੁਰਤਗਾਲ ਦੇ ਵਿੱਚ, ਉਹ ਕਹਿੰਦੇ ਸੀਗੇ, ਕਹਿੰਦੇ ਵੀ ਜਿਨ੍ਹਾਂ ਦੇ ਪੇਪਰ ਵੀ ਲੋਕ ਹੋਏ ਹੋਏ ਆ ਜਾਂ ਆਹ ਦਿਨਾਂ ਦੇ ਵਿੱਚ ਫਿੰਗਰ ਹੋਣੇ ਸੀ, ਡੇਟਾਂ ਮਿਲੀਆਂ ਹੋਈ ਸੀ, ਉਹਨਾਂ ਦੀਆਂ ਸਮਝ ਲਓ ਰੈਜੀਡੈਂਸੀਆਂ ਹੋ ਗਈਆਂ, ਠੀਕ ਆ। ਉਹ ਕੰਮ ਬਿਲਕੁਲ ਨਹੀਂ ਹੋਣਾ, ਇਹ ਸਿਰਫ 30 June ਤੱਕ ਹੀ ਆ, ਉਸ ਤੋਂ ਬਾਅਦ ਉਹ ਤੁਹਾਡਾ ਪ੍ਰੋਸੈਸ ਉੱਦਾਂ ਹੀ ਚੱਲੂਗਾ, ਠੀਕ ਆ ਨਾ। ਆਹ ਦੇਖੋ ਹੁਣ ਉਹਨਾਂ ਨੇ ਦਿੱਤਾ ਹੋਇਆ ਵਾ, ਪਰਾਜਾ ਨੂੰ ਪੋਸੀਬਲ ਏ ਸਰਵਿਸ ਦਿਸ ਕੋਲੀਦਾਰ ਉਸ ਦਾ ਦੁਸ਼, ਉਹ ਕਹਿੰਦੇ ਜਿਹੜਾ ਹੋਣ ਵਾਲਾ ਟਾਈਮ ਚੱਲ ਰਿਹਾ ਹੈ ਇਹਦੇ ਵਿੱਚ ਕੋਈ ਵੀ ਸਰਵਿਸ ਆ ਜਿਹੜੀ ਸੈਫ ਦੀ ਉਹ ਪੋਸੀਬਲ ਨਹੀਂ ਹੈਗੀ, ਉਹ ਕੋਈ ਵੀ ਸਰਵਿਸ ਉਹ ਨਹੀਂ ਦੇਣਗੇ ਤੁਹਾਨੂੰ, ਠੀਕ ਆ ਨਾ। ਅਤੇ ਉਹਦੀ ਉੱਕੇ ਫੂਜ ਕਲਰਾ ਦੋਨੋਂ ਉਸਤਾਦੀ ਉਹਦੇ ਐਮਰਜੈਂਸੀ ਹੈ, ਜਦੋਂ ਤੋਂ ਜਿਹੜੇ ਦਿਨ ਤੋਂ ਉਹਨਾਂ ਨੇ ਐਮਰਜੈਂਸੀ ਲਾਈ ਆ ਪੁਰਤਗਾਲ ਦੇ ਵਿੱਚ, ਉਸ ਦਿਨ ਤੋਂ ਉਹਨਾਂ ਨੇ ਉਹ ਬੰਦ ਕੀਤਾ ਵਾ, ਜਿੱਦਾਂ ਉਹਨਾਂ ਨੇ ਦੱਸਿਆ 24 February ਤੋਂ ਲੈ ਕੇ 30 June ਤੱਕ ਉਹਨਾਂ ਨੇ ਤੁਹਾਨੂੰ ਸਾਰੇ ਰਾਈਟ ਦਿੱਤੇ ਆ, ਠੀਕ ਆ। ਆਹ ਦਿਨਾਂ ਦੇ ਵਿੱਚ ਤੁਸੀਂ ਤੁਹਾਡੇ ਕੋਲ ਸਾਰੇ ਰਾਈਟ ਨੇ, ਚਾਹੇ ਕਿਸੇ ਦੇ ਪੇਪਰ ਲੋਕ ਆ ਚਾਹੇ ਨਹੀਂ। ਹਾਂਜੀ, ਅਤੇ ਆਹ ਸਿਸਟਮ ਆ ਜਿਹੜਾ ਸੈਫ ਦਾ ਤੁਸੀਂ ਦੇਖ ਹੀ ਲਿਆ ਸਾਰਾ, ਹੈ ਨਾ। ਤੁਸੀਂ ਇਹਨੂੰ ਜਿਵੇਂ ਮੇਰੀ ਵੀਡੀਓ ਨੂੰ ਪੌਜ਼ ਕਰਕੇ ਤੁਸੀਂ ਟ੍ਰਾਂਸਲੇਟ ਕਰਕੇ ਵੀ ਦੇਖ ਸਕਦੇ ਹੋ, ਜਿਹੜੇ ਉਹਦੇ ਵਿੱਚ ਸਟੇਟਮੈਂਟ ਲਿਖੀ ਹੋਈ ਆ ਉਹ ਪੁਰਤਗੇਸੀ ਦੇ ਵਿੱਚ ਹੈ, ਇੰਗਲਿਸ਼ ਦੇ ਵਿੱਚ ਉਹ ਆਈ ਨਹੀਂ ਹੈਗੀ, ਹੈ ਨਾ। ਉਹਨੂੰ ਤੁਸੀਂ ਇੰਗਲਿਸ਼ ਦੇ ਵਿੱਚ ਜਾਂ ਆਪਣੀ ਪੰਜਾਬੀ 'ਚ ਜਾਂ ਹਿੰਦੀ 'ਚ ਜੋ ਵੀ ਆ ਉਹਨੂੰ ਤੁਸੀਂ ਕਰਕੇ ਦੇਖ ਸਕਦੇ ਹੋ। ਆਹ ਉਹਦਾ ਪ੍ਰੋਸੈਸ ਆ ਜਿਹੜਾ ਸ਼ੈਫ ਦਾ ਵਾ ਉਹ 30 June ਤੱਕ, ਹੈ ਨਾ, ਉਹਨਾਂ ਨੇ ਸਾਰੇ ਲੀਗਲ ਕਰਤੇ ਆ। ਹਾਂਜੀ, ਉਹ ਜ਼ਰੂਰ ਆ, ਉਹਨਾਂ ਨੇ ਲੀਗਲ ਕਰਤੇ ਆ। ਲੀਗਲ ਕਰਨ ਦਾ ਮਤਲਬ ਇਹ ਆ ਜਿਹੜੀ ਐਮਰਜੈਂਸੀ ਚੱਲ ਰਹੀ ਆ, ਜਿਹਨੂੰ ਆਪਣੇ ਇੰਡੀਆ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਜੀ ਗਵਰਨਰ ਰਾਜ ਹੋ ਗਿਆ ਜਾਂ ਰਾਸ਼ਟਰਪਤੀ ਰਾਜ ਹੋ ਗਿਆ, ਉੱਦਾਂ ਦਾ ਸਿਸਟਮ ਹੋਇਆ ਹੋਇਆ ਇੱਥੇ, ਠੀਕ ਆ। ਉਹਨਾਂ ਨੇ ਲੀਗਲ ਕਰਤੇ ਆ, ਤਾਂ ਕਰਕੇ ਲੀਗਲ ਕਰਤੇ ਆ ਕਿਉਂਕਿ ਸਾਰਿਆਂ ਨੂੰ ਉਹਨਾਂ ਨੇ ਸਾਰੇ ਬਰਾਬਰ, ਜਿਹੜਾ ਐਮਰਜੈਂਸੀ ਹੁੰਦੀ ਆ ਕਿਸੇ ਵੀ ਸਟੇਟ ਦੇ ਵਿੱਚ ਲੱਗਦੀ ਆ ਤਾਂ ਸਾਰੇ ਹੀ ਬਰਾਬਰ ਹੋ ਜਾਂਦੇ ਆ, ਉਹ ਇਕੱਲੇ ਪੁਰਤਗਾਲ ਦੇ ਵਿੱਚ ਨਹੀਂ ਹੈਗਾ, ਯੂਰਪ ਦੀਆਂ ਸਾਰੀਆਂ ਕੰਟਰੀਆਂ 'ਚ, ਕਨੇਡਾ ਅਮੈਰੀਕਾ 'ਚ ਵੀ ਇੱਦਾਂ ਹੀ ਆ। ਜਦੋਂ ਐਮਰਜੈਂਸੀ ਲੱਗਦੀ ਹੈ ਤਾਂ ਸਾਰੇ ਹੀ ਬਰਾਬਰ ਹੋ ਜਾਂਦੇ ਆ, ਚਾਹੇ ਕਿਸੇ ਦੇ ਪੇਪਰ ਲੋਕ ਕੀਤੇ ਹੋਏ ਨੇ, ਚਾਹੇ ਕਿਸੇ ਦਾ ਹਲੇ ਪ੍ਰੋਸੈਸ ਵੀ ਸ਼ੁਰੂ ਨਹੀਂ ਹੋਇਆ, ਠੀਕ ਆ। ਉਹ ਵੀ ਜੇ ਕਰੋਨਾ ਵਾਇਰਸ ਦਾ ਆਪਣੇ ਇਫੈਕਟਡ ਹੋ ਜਾਂਦਾ ਵਾ ਤਾਂ ਉਹਨੂੰ ਵੀ ਉਹੀ ਸਹੂਲਤਾਂ ਮਿਲਣਗੀਆਂ ਮੈਡੀਕਲ ਦੀਆਂ, ਜਿਹੜੀਆਂ ਇੱਕ ਸਿਟੀਜ਼ਨ ਨੂੰ ਮਿਲਦੀਆਂ ਨੇ, ਜਿਹੜੀਆਂ ਇੱਕ ਪੁਰਤਗੇਸੀ ਨੂੰ ਮਿਲਦੀਆਂ ਨੇ, ਠੀਕ ਆ। ਜਿੱਥੇ ਤੱਕ ਮੇਰੇ ਵੀਰਾਂ ਦੀਆਂ ਮੈਂ ਵੀਡੀਓ ਦੇਖਦਾ ਸੀਗਾ, ਉਹਨਾਂ ਨੇ ਕਿਹਾ ਵੀ ਸੁਖਰਾਂ ਸਾਹਿਬ ਸੁਸਾਲ ਦੇ ਪੈਸੇ, ਸੁਖਰਾਂ ਸਾਹਿਬ ਸੁਸਾਲ ਇੱਥੇ ਹੈਗਾ ਸੋਸ਼ਲ ਸਿਕਿਉਰਿਟੀ, ਠੀਕ ਆ, ਵੀ ਉਹ ਪੈਸੇ ਦਿੰਦੇ ਆ ਘਰ ਬੈਠਿਆਂ ਨੂੰ, ਜਿਹੜੇ ਮੇਰੇ ਵੀਰ ਕੰਮ ਨਹੀਂ ਕਰਦੇ ਹੈਗੇ ਉਹ ਉੱਥੇ ਅਪਲਾਈ। ਹਾਂਜੀ, ਉਹ ਜ਼ਰੂਰ ਆ, ਅਪਲਾਈ ਕਰ ਸਕਦੇ ਆ ਜੇ ਤੁਸੀਂ ਤੁਹਾਨੂੰ ਕੰਮ 'ਤੇ ਪੱਕੇ ਹੋ ਜਾਂ ਤੁਸੀਂ ਤੁਹਾਡੇ ਕੋਲ ਜਿਹੜਾ ਕਨੈਕਟ ਆ ਖੁੱਲ੍ਹਾ ਟਾਈਮ ਦਾ, ਹੈ ਨਾ। ਇਹ ਨਹੀਂ ਹੈਗਾ ਵੀ ਤੁਸੀਂ ਤੁਹਾਡੇ ਕੋਲ ਕੰਮ ਨਹੀਂ ਹੈਗਾ, 6 months ਹੋ ਗਏ ਤੁਸੀਂ ਵਿਹਲੇ ਬੈਠੇ ਹੋ ਤਾਂ ਅੱਜ ਤੁਸੀਂ ਸੁਖਰਾਂ ਸਾਹਿਬ ਸੁਸਾਲ ਜਾ ਕੇ ਅਪਲਾਈ ਕਰ ਦੋ, ਇੱਦਾਂ ਨਹੀਂ ਹੁੰਦਾ ਉਹ ਸਿਸਟਮ। ਉਹ ਸਿਸਟਮ ਦੇ ਵਿੱਚ ਜਿਹੜੇ ਬੰਦੇ ਪੱਕੇ ਨੇ, ਜਿਹੜੇ ਬੰਦੇ ਜਿਹਨਾਂ ਪੱਕੇ, ਕਹਿਣ ਦਾ ਮਤਲਬ ਮੈਂ ਇੱਕ ਹੋਰ ਵੀਡੀਓ ਪਾਊਂਗਾ ਉਹਦੇ 'ਤੇ, ਤੁਹਾਨੂੰ ਪਤਾ ਲੱਗ ਜੂਗਾ ਕੀ ਪੱਕਾ ਹੁੰਦਾ, ਕਿਵੇਂ ਕੱਚਾ ਹੁੰਦਾ, ਕੀ ਫੁੱਲ ਟਾਈਮ ਦਾ ਕਨੈਕਟ ਹੁੰਦਾ, ਹੈ ਨਾ। ਮੇਰੀ ਵੀਡੀਓ ਉਹ ਵੀ ਆਊਗੀ, ਇਦੋਂ ਨੈਕਸਟ ਵੀਡੀਓ ਮੈਂ ਦੋਨੇ ਇਕੱਠੀਆਂ ਇਹ ਅਪਲੋਡ ਕਰੂੰਗਾ, ਠੀਕ ਆ ਨਾ। ਅਤੇ ਉਹ ਸਿਸਟਮ ਹੁੰਦਾ ਉਹਦੇ ਉੱਤੇ, ਸੁਖਰਾਂ ਸਾਹਿਬ ਸੁਸਾਲ 'ਤੇ ਤੁਸੀਂ ਆਪਦੀ ਸਾਰੀ ਡਿਟੇਲ ਦੇਣੀ ਹੁੰਦੀ ਆ, ਫਿਰ ਘਰ ਤੁਹਾਡੇ ਪੁਲਿਸ ਵਾਲੇ ਆਉਂਦੇ ਨੇ ਅਤੇ ਸੁਖਰਾਂ ਸਾਹਿਬ ਸੁਸਾਲ ਵਾਲਾ ਕੋਈ ਆਫਿਸਰ ਆਉਂਦਾ ਤੁਹਾਨੂੰ ਚੈੱਕ ਕਰਨ, ਸਾਰਾ ਕੁਝ ਦੇਖਣਾ, ਹੈ ਨਾ। ਇੱਦਾਂ ਨਹੀਂ ਹੈਗਾ ਵੀ ਬੰਦਾ ਕੰਮ ਨਹੀਂ ਕਰਦਾ ਹੈਗਾ ਜਾਂ ਬੰਦੇ ਕੋਲ ਕੋਈ ਰੈਜੀਡੈਂਸੀ ਨਹੀਂ ਹੈਗੀ, ਬੰਦਾ ਹਾਲੇ ਜਿਵੇਂ ਮੰਨ ਲਓ 2-3 months ਹੋਏ ਨੇ ਇੱਥੇ ਪੁਰਤਗਾਲ ਆਏ ਨੂੰ, ਆ ਕੇ ਹੁਣ ਐਮਰਜੈਂਸੀ ਲੱਗ ਗਈ ਤਾਂ ਉਹ ਕਹਿ ਦੇਵੇ ਜੀ ਮੈਨੂੰ ਗੌਰਮੈਂਟ ਪੈਸੇ ਦੇਵੇ, ਇੱਦਾਂ ਕੁਛ ਨਹੀਂ ਹੋਣਾ ਹੈਗਾ। ਉਹ ਜਿਹੜੀਆਂ ਤੁਹਾਨੂੰ ਉਹਨਾਂ ਨੇ ਲੀਗਲ ਕੀਤਾ ਇਹ ਸਿਰਫ ਮੈਡੀਕਲ ਸਹੂਲਤਾਂ ਦੇ ਵਾਸਤੇ ਕੀਤਾ ਵਾ, ਇਹ ਨਹੀਂ ਹੈਗਾ ਵੀ ਤੁਹਾਨੂੰ, ਹੈ ਨਾ, ਉਹਨਾਂ ਨੇ ਪੱਕਾ ਹੀ ਕਰਤਾ PR ਮਿਲ ਜੂਗੀ, ਠੀਕ ਆ ਨਾ।
ਜੇ ਪੱਕਾ ਇੱਦਾਂ ਕਰ ਦੇਣ ਹੈ ਤਾਂ ਬਹੁਤ ਵਧੀਆ ਗੱਲ ਆ, ਆਪਾਂ ਤਾਂ ਕਹਿੰਦੇ ਸਾਰੇ ਪੱਕੇ ਹੋਣ, ਹੈ ਨਾ, ਯਾਨੀ ਕਿ ਜਿਹੜੀ ਬਟ ਜਿਹੜੀ ਜਿਹੜੇ ਲੋਅ ਦੇ ਹਿਸਾਬ ਨਾਲ ਆ, ਹੈ ਨਾ, ਮੈਂ ਉਹ ਗੱਲ ਕਰ ਰਿਹਾ ਵਾ, ਮੈਂ ਇੱਥੇ ਕਿਸੇ ਦੇ ਖਿਲਾਫ਼ ਨਹੀਂ ਕਰ ਰਿਹਾ ਵੀ ਵੀ ਮਤਲਬ, ਹੈ ਨਾ, ਜਾਂ ਮੈਂ ਨਹੀਂ ਚਾਹੁੰਦਾ ਕੋਈ ਪੱਕਾ ਹੋਵੇ, ਇੱਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ, ਮੈਂ ਸਿਰਫ਼ ਇੱਕ ਉਹੀ ਮੈਸੇਜ ਦੇ ਰਿਹਾ ਤੁਹਾਨੂੰ ਜਿਹੜਾ ਇੱਥੇ ਲੋਅ ਦਾ ਵਾ, ਜਿਹੜਾ ਇਮੀਗ੍ਰੇਸ਼ਨ ਵਾਲਿਆਂ ਦਾ ਲੋਅ ਆ, ਠੀਕ ਹੈ ਨਾ। ਗਲਤ ਫਹਿਮੀਆਂ ਦੇ ਵਿੱਚ ਨਾ ਆਓ, ਮੇਰੇ ਵੀਰ ਇੱਥੇ ਕਈ ਵੀਡੀਓ ਦੇਖ ਦੇਖ ਕੇ ਗਲਤ ਫਹਿਮੀਆਂ 'ਚ ਆਏ ਹੋਏ ਆ, ਮੈਨੂੰ ਕਈਆਂ ਨੇ ਪੁੱਛਿਆ ਮੈਸੇਜ ਕਰਕੇ, ਯਾਰ ਵੀਰੇ ਇਹਦਾ ਕੀ ਸਿਸਟਮ ਆ, ਹੈ ਨਾ, ਆਪਣੇ ਕਹੀ ਜਾਂਦੇ ਅਸੀਂ ਵੀਡੀਓ ਦੇਖਿਆ ਪੁਰਤਗਾਲ ਦੇ ਵਿੱਚ, ਫੁਆਰ ਡੂਏ ਸਾਰੇ PR ਹੋ ਗਏ, ਕਾਰਡ ਆ ਜਾਣੇ ਆ ਸਾਰਿਆਂ ਦੇ, ਇੱਦਾਂ ਦਾ ਕੁਛ ਨਹੀਂ ਹੋਣਾ ਵੀਰੇ। ਉਹ 12-24 ਫਰਵਰੀ ਤੋਂ ਲੈ ਕੇ 30 ਜੂਨ ਤੱਕ ਉਹਨਾਂ ਨੇ ਐਮਰਜੈਂਸੀ ਲਾਈ ਆ, ਉਸ ਤੋਂ ਬਾਅਦੋਂ ਤੁਹਾਡਾ ਪ੍ਰੋਸੈਸ ਉੱਦਾਂ ਹੀ ਹੋ ਜਾਣਾ ਜਿੱਦਾਂ ਪਹਿਲਾਂ ਸੀਗਾ, ਉਹ ਉਸੇ ਹੀ ਹਿਸਾਬ ਨਾਲ ਚੱਲੂਗਾ ਜਿਹੜੇ ਹਿਸਾਬ ਨਾਲ ਪਹਿਲਾਂ ਚੱਲਦਾ ਸੀਗਾ। ਜਿਹੜੀਆਂ ਉਹਨਾਂ ਦੀਆਂ ਸ਼ਰਤਾਂ ਨੇ ਉਹ ਤੁਹਾਨੂੰ ਪੂਰੀਆਂ ਹੀ ਕਰਨੀਆਂ ਪੈਣਗੀਆਂ, ਉਸ ਤੋਂ ਬਾਅਦੋਂ ਉਹ ਡਿਸਾਈਡ ਕਰਨਗੇ ਤੁਹਾਨੂੰ ਕਾਰਡ ਦੇਣਾ ਜਾਂ ਨਹੀਂ ਦੇਣਾ, ਠੀਕ ਆ। ਉਹ ਇੱਕ ਲਹਿਦਾ ਮੈਟਰ ਆ। ਹੁਣ ਆਪਾਂ ਐਮਰਜੈਂਸੀ ਦੇ ਵਿੱਚ ਸਾਰੇ ਲੀਗਲ ਮੈਡੀਕਲ ਦੀਆਂ ਸਹੂਲਤਾਂ ਪਾਉਣ ਦੀ ਖਾਤਰ ਆ, ਕਿਉਂਕਿ ਕੱਚਾ ਬੰਦਾ ਜਿਹੜਾ ਹੁੰਦਾ ਸੀ ਪਹਿਲਾਂ, ਜਿਵੇਂ ਕਿਸੇ ਕੋਲ ਪੇਪਰ ਨਹੀਂ ਹੁੰਦੇ ਸੀ, ਉਹ ਹੋਸਪਿਟਲ ਦੇ ਵਿੱਚ ਜਾ ਕੇ ਸਹੂਲਤ ਨਹੀਂ ਲੈ ਸਕਦਾ ਗੌਰਮੈਂਟ ਦੀ, ਠੀਕ ਹੈ ਨਾ। ਉਹ ਜਿਵੇਂ ਦਵਾਈ ਲੈਣੀ ਆ ਜਾਂ ਹੋਸਪਿਟਲ ਦਾਖਲ ਹੋਣਾ, ਤਾਂ ਉਹ ਦਾਖਲ ਨਹੀਂ ਹੋ ਸਕਦਾ। ਜੇ ਉਹ ਇੱਦਾਂ ਜਾ ਕੇ ਦਾਖਲ ਹੁੰਦਾ ਤਾਂ ਉਹਦਾ ਖਰਚਾ ਗੌਰਮੈਂਟ ਨਹੀਂ ਕਰੂਗੀ, ਉਹਨੂੰ ਬੈਨੀਫਿਟ ਕੋਈ ਨਹੀਂ ਮਿਲੂਗਾ, ਠੀਕ ਹੈ ਨਾ। ਇਹ ਉਹਦੇ ਵਾਸਤੇ ਉਹਨਾਂ ਨੇ ਉਹ ਕੀਤਾ ਵਾ ਵੀ ਸਾਰਿਆਂ ਨੂੰ ਗੌਰਮੈਂਟ ਦਾ ਬੈਨੀਫਿਟ ਮਿਲੇ। ਅਤੇ ਜਿਹੜਾ ਸੁਖਰਾਂਸਾ ਸੁਸਾਲ ਦਾ ਮੈਂ ਗੱਲ ਕੀਤੀ ਹੈ, ਜਿਨ੍ਹਾਂ ਕੋਲ 6 ਮਹੀਨਿਆਂ ਦਾ ਕੋਨੈਕਟ ਜਾਂ 3 ਸਾਲ ਦਾ ਜਾਂ 1.5 ਸਾਲ ਦਾ ਕੋਨੈਕਟ ਲੱਗਿਆ ਹੋਇਆ, ਜੇ ਉਹਨੂੰ ਕਰੋਨਾ ਵਾਇਰਸ ਹੋ ਜਾਂਦਾ, ਉਹਨੂੰ ਤਾਂ 100% ਤਨਖਾਹ ਮਿਲਣੀ ਆ, ਅਦਰਵਾਈਜ਼ ਨਹੀਂ ਮਿਲਣੀ ਹੈਗੀ, ਠੀਕ ਆ। ਜਿਹੜੇ ਅਫੈਕਟਡ ਨੇ ਉਹਨਾਂ ਬੰਦਿਆਂ ਨੂੰ ਹੀ ਮਿਲਣੀ ਆ। ਓਕੇ ਮੇਰਾ ਵੀਰ, ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ।